بسم اللہ الرحمن الرحیم السلام علیکم ویورز کی حال امید سارے ٹھیک ہون گے اللہ تعالی سارے نو اپنے کرنج خوش رکھے آباد رکھے آمین سو آمین نتیو بس اج بہت ہی زبردست دی چکن فرائی دی ریسپی تھوڑی لے کے ایاں چکن پکوڑا بھی ਤੁਸੀਂ ਇਹنو کہہ سکتے ہو لیکن اینو اپا بیسن دے ڈال نہیں ਇਨੂੰ ਆਪਾਂ ਮੈਦੇ ਦੇ ਨਾਲ ਬਣਾਇਆ ਵਾ ਬਹੁਤ ਹੀ ਮਜ਼ੇਦਾਰ ਤੇ ਬਾਹਰੋਂ ਬਹੁਤ ਜ਼ਿਆਦਾ ਕ੍ਰਿਸਪੀ ਤੇ ਅੰਦਰੋਂ ਮੱਖਣ ਮਲਾਈ ਤਰ੍ਹਾਂ ਨਰਮ ਤੇ ਜੂਸੀ ਬਹੁਤ ਹੀ ਜ਼ਬਰਦਸਤ ਜੀ ਚਿਕਨ ਪਕੌੜੇ ਦੀ ਰੈਸਪੀ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੇ ਜਿਦਾ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨ ਨਾਲ ਪਹੁੰਚ ਸਕੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਚਿਕਨ ਪਕੌੜਾ ਵੀ ਇਸੇ ਤਰ੍ਹਾਂ ਮਜ਼ੇਦਾਰ ਬਣੇ ਤੇ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਨਾ ਵਾ ਬਿਲਕੁਲ ਛੋਟੀ ਤਕਰੀਬਨ ਪੌਣਾ ਇੱਕ ਗਲਾਸ ਆਪਾਂ ਪਾਣੀ ਦਾ ਲੈ ਲਿਆ ਵਾ ਇਹਦੇ ਵਿੱਚ ਚਿਕਨ ਛਾਂਮਲ ਕਰਾਂਗੇ 500 ਗ੍ਰਾਮ ਚਿਕਨ ਮੇਰਾ ਚਿਕਨ ਫ੍ਰੀਜ਼ ਕੀਤਾ ਹੋਇਆ ਸੀਗਾ ਇਸ ਲਈ ਥੋੜਾ ਟਾਈਮ ਲੱਗਿਆ ਇਹਨੂੰ ਪੱਕਦੇ ਹੋਏ ਨੂੰ ਤੇ ਤੁਹਾਡਾ ਚਿਕਨ ਫ੍ਰੈਸ਼ ਹੋਏਗਾ ਤੇ ਫਿਰ ਉਹ ਤੁਹਾਨੂੰ ਜ਼ਰਾ ਜਲਦੀ ਪੱਕ ਜਾਏਗਾ ਤੇ ਇਹ ਦੇਖੋ ਬੂਟੀਆਂ ਅਲੱਗਾਂ ਕਰ ਰਹੀਆਂ ਨਾਲੇ ਬੇਟੀ ਨੇ ਛੋਟੀ ਨੇ ਵੀਡੀਓ ਬਣਾਈ ਆ ਮੇਰੀ ਤਬੀਅਤ ਖਰਾਬ ਸੀ ਤੇ ਛੋਟੀ ਜੀ ਗੁੜੀਆਂ ਲੱਗੀ ਰਹੀ ਥੋੜਾ ਜਿਹਾ ਪਾਣੀ ਉਹਨੇ ਵਿੱਚ ਹੋਰ ਸ਼ਾਮਲ ਕਰ ਦਿੱਤਾ ਸੀਗਾ ਕਿ ਪਾਣੀ ਕਿਤੇ ਸੁੱਕ ਨਾ ਹੋ ਜਾਵੇ। ਇਹ ਦੇਖੋ ਮਾਸ਼ਾਅੱਲਾ ਸਾਰਾ ਚਿਕਨ ਜਿਹੜਾ ਵਾ علیحدہ علیحدہ ਹੋ ਗਿਆ ਵਾ ਤੇ ਨਾਲੇ ਇਹਨਾਂ ਤਕਰੀਬਨ 80% ਤੱਕ ਡੰਮੀ ਹੋ ਗਿਆ ਵਾ। ਚਲੋ ਉਹਨੇ ਦੀ ਆਪਾਂ ਮੈਰੀਨੇਸ਼ਨ ਤਿਆਰ ਕਰ ਲੈਨੇ ਆ। ਮੈਰੀਨੇਸ਼ਨ ਵਾਸਤੇ ਅੱਧਾ ਕੱਪ ਮੈਦੇ ਦਾ ਲਵਾਂਗੇ। ਬismillahirrahmani rahim ਛੋਟੀ ਜੀ ਗੁੜੀਆਂ ਨੇ ਇੰਨੀ ਮਿਹਨਤ ਕੀਤੀ ਹੈ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਵੀ ਕਰਨਾ ਵਾ ਤੇ ਇਸ ਚੈਨਲ ਤੇ ਨਵੇਂਾਂ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾਣਾ ਬਹੁਤ ਹੀ ਮਜ਼ੇਦਿੱਦੀ ਤੇ ਆਸਾਨ ਜੀ ਰੈਸਪੀ ਅੱਧਾ ਚਮਚ ਇਹਦੇ ਵਿੱਚ ਚਿਕਨ ਟਿੱਕਾ ਪਾਊਡਰ ਸ਼ਾਮਲ ਕਰ ਦਿੱਤਾ ਵਾ ਟਿੱਕਾ ਮਸਾਲਾ ਚਿਕਨ ਟਿੱਕਾ ਪਾਊਡਰ ਨਹੀਂ ਟਿੱਕਾ ਮਸਾਲਾ ਸ਼ਾਮਲ ਕੀਤਾ ਵਾ ਤੇ ਅੱਧਾ ਚਮਚ ਇਹਦੇ ਵਿੱਚ ਚੀਲੀ ਫਲੈਕਸ ਸ਼ਾਮਲ ਕਰ ਦਿੱਤੇ ਥੋੜੀ ਜੀ ਸੁਰਖਮਿਤ ਸ਼ਾਮਲ ਕਰਨੀ ਆ ਤੇ ਥੋੜਾ ਜੀ ਅਦਰਕ ਦਾ ਪਾਊਡਰ ਸ਼ਾਮਲ ਕਰ ਦਿੱਤਾ ਵਾ ਰੋਕ ਨਹੀਂ ਚ ਵੀ ਬਿਲਕੁਲ ਥੋੜੀ ਜੀ ਸ਼ਾਮਲ ਕੀਤੀ ਆ ਤੇ ਇਹ ਥੋੜਾ ਜਿਹਾ ਇਹਦੇ ਵਿੱਚ ਲਸਣ ਦਾ ਪਾਊਡਰ ਸ਼ਾਮਲ ਕੀਤਾ ਐਂ ਤੇ ਤੇ ਥੋੜਾ ਥੋੜਾ ਪਾਣੀ ਲਾ ਕੇ ਤੇ ਇਹਨੂੰ ਆਪਾਂ ਇਹਦਾ ਬੈਟਰ ਬਣਾਵਾਂਗੇ ਕੀ ਕਰਦੀ ਫਿਰ ਜਿਹੜਾ ਕੰਮ ਹੁੰਦਾ ਹੋਵੇ ਬੱਚੀਆਂ ਖੁਦ ਹੀ ਸਿੱਖ ਜਾਂਦੀਆਂ ਮਾਸ਼ਾਅੱਲਾ ਇਹਨੇ ਖੁਦ ਹੀ ਬਣਾਇਆ ਕੋਈ ਚੀਜ਼ ਇਹਨੇ ਮੈਨੂੰ ਪੁੱਛੀ ਨਹੀਂ ਬੈਟਰ ਬਣ ਗਿਆ ਵਾ ਤੇ ਇਹ ਹੁਣ ਇਹਦੇ ਵਿੱਚ ਚਿਕਨ ਪਾਊਡਰ ਥੋੜਾ ਜਿਹਾ ਸ਼ਾਮਲ ਕਰ ਦਿੱਤਾ ਵਾ ਤੇ ਥੋੜਾ ਜਿਹਾ ਇਹਦੇ ਵਿੱਚ ਨਮਕ ਸ਼ਾਮਲ ਕਰ ਦਿੱਤਾ ਵਾ ਨਮਕ ਪਹਿਲੇ ਪਾਣਾ ਭੁੱਲ ਗਈ ਸੀ ਤੇ ਮਿਕਸ ਕਰ ਲੈਣਗੇ ਅੱਛੇ ਤਰੀਕੇ ਨਾਲ ਇਹਦੇ ਵਿੱਚ ਹਲਦੀ ਦਾ ਇਸਤੇਮਾਲ ਨਹੀਂ ਕੀਤਾ ਕਿਉਂਕਿ ਹਲਦੀ ਦੇ ਨਾਲ ਫਿਰ ਨਾ ਜਦੋਂ ਫਰਾਈ ਕਰਨ ਤੋਂ ਬਾਅਦ ਚੀਜ਼ ਥੋੜੀ ਦੇਰ ਪਈ ਰਹਿੰਦੀ ਹੈ ਤੇ ਉਹਦਾ ਨਾ ਕਲਰ ਜਿਹੜਾ ਵਾ ਜ਼ਿਆਦਾ ਡਾਰਕ ਜਿਹਾ ਹੋ ਜਾਂਦਾ ਇਸ ਲਈ ਸੁਰਖ ਮੇਚ ਵੀ ਬਹੁਤ ਘੱਟ ਹੱਥ ਰੋਕ ਕੇ ਸ਼ਾਮਲ ਕੀਤੀ ਅਤੇ ਹਲਦੀ ਦਾ ਬਿਲਕੁਲ ਇਸਤੇਮਾਲ ਨਹੀਂ ਕੀਤਾ ਤੁਸੀਂ ਚਾਹੋ ਤਾਂ ਹਲਦੀ ਪਾ ਸਕਦੇ ਹੋ ਤੇ ਇਹ ਦੇਖੋ ਹੁਣ ਇਹਦੇ ਵਿੱਚੋਂ ਚਿਕਨ ਜਿਹੜਾ ਵਾ ਉਹ ਸਾਰਾ ਆਪਾਂ ਕੱਢ ਕੇ ਤੇ ਇਹਦੇ ਵਿੱਚ ਪਾ ਲਾਂਗੇ ਚਿਕਨ ਠੰਡਾ ਹੋ ਗਿਆ ਵਾ ਗਰਮ-ਗਰਮ ਨਹੀਂ ਤੁਸੀਂ ਇਹਦੇ ਵਿੱਚ ਟਰਾਂਸਫਰ ਕਰਨਾ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾ ਐਜ਼ ਇਨ ਨਾਲ ਬੈਲ ਆਈਕਨ ਨੂੰ ਜ਼ਰੂਰ press ਕਰਿਓ ਜੇ ਤੱਕ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਹੈ ਪਾਣੀ ਜਿਹੜਾ ਵਾ ਇਹ ਤੁਸੀਂ ਜ਼ਾਇਆ ਨਹੀਂ ਕਰਨਾ ਇਸ ਪਾਣੀ ਦਾ ਵੀ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਇਹਨੂੰ ਕੀ ਕਰਨਾ ਵਾ ਇਹ ਚਿਕਨ ਦਾ ਸੂਪ ਹੀ ਨਿਕਲ ਆਇਆ ਵਾ ਜਦੋਂ ਆਪਾਂ ਚਿਕਨ ਨੂੰ ਇਹਦੇ ਵਿੱਚ ਬੋਇਲ ਕੀਤਾ ਵ ਕਿਸੇ ਬਰਤਨ ਦੇ ਵਿੱਚ ਕੱਢ ਕੇ ਤੇ ਰੱਖ ਲਾਂਗੇ ਤੇ ਜਦੋਂ ਤੁਸੀਂ ਕੋਈ ਸਾਲਨ ਵਗੈਰਾ ਬਣਾਉਂਦੇ ਹੋ ਉਹਦੇ ਵਿੱਚ ਤੁਸੀਂ ਇਹਨੂੰ ਪਾ ਲਓ ਤੇ ਬਹੁਤ ਹੀ ਮਜ਼ੇਦਾਰ ਟੇਸਟ ਆਏਗਾ ਸਾਲਨ ਦਾ ਇਹਨੂੰ ਜ਼ਾਇਆ ਨਹੀਂ ਕਰਨਾ ਬਿਲਕੁਲ ਵੀ ਤੇ ਮੈਰੀਨੇਟ ਕਰਕੇ ਇਹਨਾਂ ਨੂੰ ਆਪਾਂ ਰੱਖ ਦਿੱਤਾ ਸੀ तकरीबन 1.5-2 ਘੰਟਾ ਤੇ ਹੁਣ ਥੋੜੇ ਜਿਹੇ ਦੇ ਉੱਪਰ ਤੇਲ ਸਪ੍ਰਿੰਕਲ ਕਰ ਲਏ ਆ ਤੇ ਹੁਣ ਕਰਾਂਗੇ ਇਹਦੇ ਫਰਾਈ ਬismillahirrahmani rahim ਅچھے ਤਰੀਕੇ ਦੇ ਨਾਲ ਇਹਨੂੰ ਦੋਨਾਂ ਤਰਫ ਤੋਂ 골ਡਨ ਹੋਏ ਜਿਹੜਾ ਪਿਆਰਾ ਜਿਹਾ ਕਲਰ ਆਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਵਾ ਤਾਂ ਦੁਬਾਰਾ ਰਿਕੁਐਸਟ ਹੈ ਕਿ ਛੋਟੀ ਜਿਹੀ ਗੁੜੀਆ ਦੀ ਮਿਹਨਤ ਕੀਤੀ ਹੋਈ ਹੈ ਇਹਨੂੰ ਜ਼ਾਇਆ ਨਾ ਜਾਣ ਦਿਓ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਈਓ ਸਾਈਡ ਚੇਂਜ ਕਰਾਂਗੇ ਤਕਰੀਬਨ 1.5 ਤੋਂ 2 ਮਿੰਟ ਤੋਂ ਬਾਅਦ ਮੀਡੀਅਮ ਫਲੇਮ ਤੇ ਤੁਸੀਂ ਇਹਦੀ ਜਿਹੜੀ ਆ ਫਰਾਈ ਕਰਨਾ ਵਾ ਇਹਨੂੰ ਫਲੇਮ ਤੁਹਾਡਾ ਜੇ ਤੇਜ਼ ਹੋਏਗਾ ਤੇ ਕੋਟਿੰਗ ਪਹਿਲੇ ਜਲ ਜਾਏਗੀ ਤੇ ਅੰਦਰੋਂ ਚਿਕਨ ਜਿਹੜਾ ਵਾ ਉਹ ਅੱਛੇ ਤਰੀਕੇ ਨਾਲ ਟੈਂਡਰ ਨਹੀਂ ਹੋਏਗਾ ਤਾਂ ਤਕਰੀਬਨ 4 ਤੋਂ 5 ਮਿੰਟ ਲੱਗਿਆ ਇੱਕ ਪੋਰ ਨੂੰ ਜਿਹੜਾ ਵਾ ਨਾ ਤਿਆਰ ਹੁੰਦੀਆਂ ਇਸ ਕਿਨੇ ਲਾਪਾ ਬਾਕੀ ਤੇ ਬੈਚ ਵੀ ਜਿਹੜਿਆ ਸਾਰੇ ਤਿਆਰ ਕਰ ਲਾਂਗੇ ਤੇ ਫਿਰ ਤੁਹਾਨੂੰ ਦਿਖਾਨੇ ਇਹਨਾਂ ਦੀ ਫਾਈਨਲ ਲੁੱਕ ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਕਲਰ ਤੇ ਬਹੁਤ ਹੀ ਜੰਮੀ ਟੇਸਟੀ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਕਲਰ ਆਇਆ ਵਾ ਤੇ ਬਹੁਤ ਹੀ ਜ਼ਬਰਦਸਤ ਜਿਹਦਾ ਟੇਸਟ ਬਣਿਆ ਤੇ ਬਹੁਤ ਹੀ ਆਸਾਨ ਜੀ ਰੈਸਪੀਆ ਚਟਪਟ ਤੁਸੀਂ ਇਹਨੂੰ ਬਣਾ ਕੇ ਤੇ ਖਾ ਸਕਦੇ ਹੋ ਮਹਿਮਾਨਾਂ ਦੇ ਆਏ ਤੇ ਬਣਾ ਸਕਦੇ ਹੋ ਦਾਵਤ ਵਿੱਚ ਬਣਾ ਸਕਦੇ ਹੋ ਘੰਟਾ ਡੇਢ ਘੰਟਾ ਥੋੜਾ ਜਿੰਨਾ ਟਾਈਮ ਹੋਵੇ ਤੁਸੀਂ ਮੈਰੀਨੇਟ ਕਰ ਲਓ ਤੁਸੀਂ ਅ तो भी बहुत ज़बरदस्त तेरे टेस्ट आएगा क्योंकि आपू पहले थोड़ा जि बॉयल किया देखो माशाला कि जबरदस्त अंदरों मखन तो मलाई वर्गा नरम मलायम मिलते हैं किसी नैक्सट वीडियो अल्लाह हाफेज